ਜੇਕਰ ਗੱਲ ਕੀਤੀ ਜਾਵੇ ਤਾਂ ਕਾਂਗਰਸ ਦੇ ਵਿੱਚ ਪਹਿਲਾਂ ਵੱਡੇ ਚਿਹਰਿਆਂ ਦੇ ਵਿੱਚ ਵੀ ਫੇਰ ਬਦਲ ਕੀਤੀ ਜਾ ਰਹੀ ਹੈ ਤੇ ਵਰਕਰ ਲੈਵਲ ਤੇ ਵੀ ਜਿਹੜੇ ਕੀ ਹੈ ਪਾਰਟੀ ਦੇ ਉੱਤੇ ਭਰੋਸਾ ਹੁਣ ਘਾਟੀ ਜਤਾਇਆ ਜਾ ਰਿਹਾ ਕਿਉਂਕਿ ਪਾਰਟੀ ਦੇ ਵਰਕਰ ਛੱਡ ਕੇ ਦੂਜੀ ਪਾਰਟੀ ਦੇ ਵਿੱਚ ਜਾ ਰਹੇ ਨੇ। ਜਗਦੇਵ ਸਿੰਘ ਬੋਪਾਰਾਏ ਜੀ ਜਿਹੜੇ ਕੀ ਹੈ ਉਹ ਸ਼ਾਮਿਲ ਹੋ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ। ਬੋਪਾਰਾਏ ਸਾਹਿਬ ਕੀ ਲੱਗਦਾ ਭਰੋਸਾ ਹੁਣ ਤੁਸੀਂ ਸ਼੍ਰੋਮਣੀ ਅਕਾਲੀ ਦਲ ਤੇ ਜਤਾਇਆ, ਕਿਹੜੇ ਕਿਹੜੇ ਬੇਸਿਸ ਨੇ ਜਿਨ੍ਹਾਂ ਦੇ ਦਮ ਤੇ ਉੱਤੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਚੁਣਿਆ? ਸਭ ਤੋਂ ਵੱਡੀ ਗੱਲ ਇਹ ਹੈ ਜੀ ਜਦੋਂ ਕੋਈ ਬੰਦਾ ਕਿਸੇ ਪਾਰਟੀ ਨੂੰ ਛੱਡ ਦਿੰਦਾ ਉਸ ਤੋਂ ਬਾਅਦ ਦੂਸਰੀ ਪਾਰਟੀ ਤਾਂ ਕੋਈ ਨਾ ਕੋਈ ਚੁਣਨੀ ਮਿਲਦੀ ਹੈ। ਔਰ ਸਾਡੇ ਕੋਲ ਪਾਰਟੀਆਂ ਦੋ ਸੀ, ਇੱਕ ਆਮ ਆਦਮੀ ਪਾਰਟੀ ਸੀ ਇੱਕ ਅਕਾਲੀ ਦਲ। ਸਾਨੂੰ ਇਹ ਪਾਰਟੀ ਵਧੀਆ ਲੱਗੀ ਔਰ ਇਹਨਾਂ ਦੇ ਕੰਮ ਵਧੀਆ ਲੱਗੇ, ਇਹਨਾਂ ਦੀ ਜਿਹੜੀ ਲੋਕਾਂ ਦੇ ਵਿੱਚ ਆਵਾਜ਼ ਸੀ ਉਸ ਨੂੰ ਦੇਖਦੇ ਹੋਏ, ਔਰ ਜਿਹੜੇ ਸਾਡੇ ਹਲਕੇ ਦੇ ਸਾਡੇ ਲੀਡਰ ਆਗੂ ਨੇ ਉਹ ਵੀ ਵਧੀਆ ਨੇ, ਉਹਨਾਂ ਨੇ ਸਾਡੇ ਸਾਨੂੰ ਮਿਲਦੇ ਰਹੇ ਔਰ ਅੱਗੇ ਪ੍ਰਧਾਨ ਜੀ ਨੂੰ ਬਾਦਲ ਸਾਹਿਬ ਨੂੰ ਮਿਲਾਇਆ ਔਰ ਸਾਨੂੰ ਵਿਸ਼ਵਾਸ ਪਹਿਲਾਂ ਹੀ ਬਣ ਚੁੱਕਿਆ ਵੀ ਅਕਾਲੀ ਦਲ ਜਿੰਨਾ ਸਟਰੋਂਗ ਹੈ, ਬਹੁਤ ਪੁਰਾਣੇ ਘੱਟ ਤੋਂ ਘੱਟ ਇਹ 4-5 ਵਾਰ ਮੁੱਖ ਮੰਤਰੀ ਬਣ ਚੁੱਕੇ ਨੇ ਬਾਦਲ ਸਾਹਿਬ, ਇਸ ਕਰਕੇ ਵੀ ਇਹਦੇ ਨਾਲੋਂ ਵਧੀਆ ਸਾਨੂੰ ਸਟਰੋਂਗ ਪਾਰਟੀ ਹੋਰ ਨਹੀਂ ਮਿਲ ਸਕਦੀ, ਇਸ ਕਰਕੇ ਅਸੀਂ ਇਹਨੂੰ ਚੁਣਿਆ। ਲੱਗਦਾ ਬਾਕੀ ਪਾਰਟੀਆਂ ਦੇ ਜਿਹੜੇ ਰਿਮੋਟ ਨੇ ਉਹ ਦਿੱਲੀ ਨੇ ਅਤੇ ਇਸ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਤੋਂ ਹੀ ਜਿਹੜੀ ਪੂਰੀ ਪਾਰਟੀ ਆ ਉਹ ਕੰਟਰੋਲ ਹੁੰਦੀ ਹੈ, ਇਹਦਾ ਖਾਸ ਤੌਰ 'ਤੇ ਫਰਕ ਪੰਜਾਬੀਆਂ 'ਤੇ ਜ਼ਰੂਰ ਪੈਣਾ ਚਾਹੀਦਾ, ਪੰਥ 'ਤੇ ਵੀ ਜ਼ਰੂਰ ਪਏਗਾ? ਇਸ ਜੀ ਹਰੇਕ ਬੰਦਾ ਚਾਹੁੰਦਾ ਵੀ ਆਪਦੇ ਏਰੀਏ ਦਾ ਮੁੱਖ ਮੰਤਰੀ ਹੋਣਾ ਚਾਹੀਦਾ, ਇਹ ਤਾਂ ਹਰੇਕ ਚਾਹੁੰਦੇ। ਕਾਂਗਰਸ ਨੂੰ ਕਿਵੇਂ ਵੇਖਦੇ ਤੁਸੀਂ? ਕਾਂਗਰਸ ਦੇ ਵਿੱਚ ਜਿਹੜੇ ਕਿ ਵੱਡੇ ਪੱਧਰ 'ਤੇ ਜਿਹੜੇ ਕਿ ਚੇਂਜਸ ਕੀਤੇ ਜਾ ਰਹੇ ਨੇ, ਫੇਰ ਬਦਲ ਕੀਤੇ ਜਾ ਰਹੇ ਆ, ਫਿਊਚਰ ਲੱਗਦਾ ਤੁਹਾਨੂੰ ਅੱਗੇ ਹੁਣ ਕਿਉਂਕਿ ਤੁਸੀਂ ਤਾਂ ਆਪ ਕਾਫੀ ਲੰਬੇ ਸਮੇਂ ਜਿਹੜੇ ਕਿ ਪਾਰਟੀ ਦੇ ਵਿੱਚ ਰਹੇ? ਕਾਂਗਰਸ ਦੀ ਗੱਲ ਹੁਣ ਕਰਦਾ ਸਾਨੂੰ ਕੋਈ ਫਾਇਦਾ ਨਹੀਂ ਹੈ ਜੀ, ਕਿਉਂ ਅਸੀਂ ਕਾਂਗਰਸ ਨੂੰ ਨਕਾਰ ਚੁੱਕੇ ਹਾਂ, ਉਹਨਾਂ ਦੇ ਜਿਹੜੇ ਨੇੜੇ ਦੇ ਸਾਡੇ ਉੱਥੇ ਆਗੂ ਸੀ ਉਹਨਾਂ ਨੂੰ ਪਰਖ ਚੁੱਕੇ ਹਾਂ, ਵਰਤ ਚੁੱਕੇ ਹਾਂ ਔਰ ਉਹ ਤੋਂ ਵਿਸ਼ਵਾਸ ਲੋਕਾਂ ਨੂੰ ਵਿਸ਼ਵਾਸ ਉੱਡ ਚੁੱਕਿਆ, ਸਾਡਾ ਆਪਣਾ ਵਿਸ਼ਵਾਸ ਉੱਡਿਆ ਤਾਂ ਅਸੀਂ ਇੱਧਰ ਆਏ ਜੀ। ਤੁਹਾਡਾ ਮਿਹਨਤ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਲਈ ਕਰੋਗੇ? ਹਾਂਜੀ ਹਾਂ ਬਿਲਕੁਲ ਜੀ। ਅਤੇ ਸਾਫ ਤੌਰ 'ਤੇ ਗੱਲ ਕੀਤੀ ਜਾਵੇ ਤਾਂ ਬੋਪਾਰਾਏ ਸਾਹਿਬ ਦਾ ਕਹਿਣਾ ਹੈ ਕਿ ਹੁਣ ਮਿਹਨਤ ਜਿਹੜੀ ਕੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਲਈ ਕੀਤੀ ਜਾਊਗੀ, ਕਾਂਗਰਸ ਦੇ ਉੱਤੇ ਭਰੋਸਾ ਜਿਹੜਾ ਕੀ ਹੈ ਉਹ ਬਿਲਕੁਲ ਹੀ ਖਤਮ ਹੋ ਚੁੱਕਿਆ। ਕੈਮਰਾਮੈਨ ਧਰਮਵੀਰ ਦੇ ਨਾਲ ਅਨਮੋਲ ਗੁਲਾਟੀ, ਜ਼ੀ ਮੀਡੀਆ।